ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੇ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਵੱਡੀ ਖੁਸ਼ਖਬਰੀ ਤੋਂ 4358 ਕਾਂਸਟੇਬਲ ਭਰਤੀ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਮਨਜ਼ੂਰੀ ਜਲਦੀ ਮਿਲਣਗੇ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜਲਦੀ ਹੀ 4358 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਏਗੀ ਉਮੀਦਵਾਰਾਂ ਦੀ ਸਿਲੈਕਸ਼ਨ ਹੋ ਚੁੱਕੀ ਹੈ ਜਲਦੀ ਹੀ ਭਗਵੰਤ ਮਾਨ ਸਰਕਾਰ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਮੈਡੀਕਲ ਜਾਂਚ ਤੋਂ ਤਸਦੀਕ ਤੋਂ ਬਾਅਦ ਨਿਯੁਕਤੀ ਪੱਤਰ ਵੰਡੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਸਰਕਾਰ ਨੇ ਪੰਜਾਬ ਪੁਲਿਸ ਦੇ ਚੁਣੇ ਗਏ 4358 ਕਾਂਸਟੇਬਲਾਂ ਦੀ ਭਰਤੀ ਦੀ ਪ੍ਰੀਖਿਆ ਦੇ ਨਤੀਜੇ ਨੂੰ ਨਿਰਪੱਖ ਢੰਗ ਨਾਲ ਸਿਰੇ ਚੜ੍ਹਿਆ ਹੈ ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਨੌਜਵਾਨਾਂ ਲਈ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ 4358 ਪੋਸਟਾਂ ਕੱਢੀਆਂ ਸੀ ਇਸ ਦੀ ਲਿਖਤੀ ਪ੍ਰੀਖਿਆ ਸਰੀਰਕ ਪ੍ਰੀਖਿਆ ਤੇ ਡਾਕੂਮੈਂਟ ਵੈਰੀਫਿਕੇਸ਼ਨ ਵਿਧਾਨ ਸਭਾ ਚੋਣਾਂ ਤੋਂ ਪਹਿਲੀ ਪੂਰੀ ਹੋ ਚੁੱਕੀ ਸੀ ਦੋਸਤੋ ਜੇਕਰ ਤੁਹਾਡਾ ਵੀ ਨਾਮ ਲਿਸਟ ਦੇ ਵਿੱਚ ਆਤਾ ਕਮੈਂਟ ਸੈਕਸ਼ਨ 'ਚੋਂ ਯੈਸ ਜ਼ਰੂਰ ਲਿਖੋ ਭਗਵੰਤ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਪੰਜਾਬ ਦੇ ਵਿੱਚ ਹੁਣ ਹੋਵੇਗੀ ਫਰਦਾਂ ਦੀ ਹੋਮ ਡਿਲੀਵਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਮਾਲ ਵਿਭਾਗ ਵਿੱਚ ਸੁਧਾਰਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਇਸ ਦੇ ਤਹਿਤ ਉਹਨਾਂ ਮਾਲ ਮੈਕਮੇ ਦੇ ਵਿੱਚ ਮਾਲ ਰਿਕਾਰਡ ਦੇ ਡਿਜੀਟਲ ਕਰਨ ਦੀ ਮਨਜ਼ੂਰੀ ਦਿੱਤੀ ਇਸ ਦੇ ਨਾਲ ਹੀ ਨੈਡ ਲੇਪ ਵਿਖ ਲਈ ਆਨਲਾਈਨ ਪੋਰਟਲ ਜਾਰੀ ਕੀਤਾ ਜਾਵੇਗਾ ਫੋਨ ਤੇ ਲੋਕ ਗਰਦਾਵਰੀਆਂ ਵੇਖ ਸਕਣਗੇ ਸਰਕਾਰ ਫਰਦਾਂ ਦੀ ਹੋਮ ਡਿਲੀਵਰੀ ਕਰੇਗੀ ਲੋਕਾਂ ਨੂੰ SMS ਜਾਂ ਈਮੇਲ ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਹਰੇਕ ਅਕਾਊਂਟ ਨੂੰ ਫੋਨ ਦੇ ਨਾਲ ਜੋੜਿਆ ਜਾਵੇਗਾ ਇਹ ਕਦਮ ਮਾਲੀਆ ਵਿਭਾਗ ਵਿੱਚ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਟੋਲ ਪਲਾਜ਼ਾਂ ਤੇ ਸਿਹਤ ਸੇਵਾਵਾਂ ਦੀ ਹਾਲਤ ਖਸਤਾ ਕਿਸੇ ਮੈਡੀਕਲ ਐਂਬੂਲੈਂਸ ਨਹੀਂ ਤਾਂ ਕਿਸੇ ਵਿੱਚ ਆਕਸੀਜਨ ਸਿਲੰਡਰ ਹੈ ਸੜਕ ਹਾਦਸਿਆਂ ਦੇ ਪੀੜਤਾਂ ਦੇ ਲਈ NHAI ਨੇ ਸਾਰੇ ਟੂਲ ਪਲਾਜ਼ਾ ਤੇ ਮੈਡੀਕਲ ਸਹੂਲਤਾ ਨਾਲ ਲੈਸ ਐਂਬੂਲੈਂਸ ਇੱਕ 1033 ਹੈਲਪਲਾਈਨ ਤੇ ਤਾਇਨਾਤ ਦਾ ਹੁਕਮ ਦਿੱਤਾ ਹੈ ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਟੂਲਾਂ ਤੇ ਐਂਬੂਲੈਂਸ ਦੀ ਸਿਰਫ ਖਾਣਾ ਪੂਰਤੀ ਹੀ ਕੀਤੀ ਜਾ ਰਹੀ ਆ ਫਿੱਟਡ ਐਂਬੂਲੈਂਸ ਦੀ ਥਾਂ ਕੰਪਨੀ ਵੱਲੋਂ ਵੈਨ ਨੂੰ ਸੁੱਧ ਕੈਂਬੂਲੈਂਸ ਦਾ ਰੂਪ ਦਿੱਤਾ ਜਾ ਰਿਹਾ ਹੈ ਕਿਸੇ ਟੂਲ ਪਲਾਜ਼ਾ ਤੇ ਸਿਖਿਅਤ ਮੈਡੀਕਲ ਸਟਾਫ ਨੇ ਨਾ ਹੀ ਆਕਸੀਜਨ ਸਿਲੰਡਰ ਦੇ ਨਾ ਕੋਈ ਫਾਸਟ ਏਡ ਕਿਟੇ ਕਰੂਜ਼ ਡਰੱਗ ਮਾਮਲੇ 'ਚ ਸ਼ਾਹਰੁਖ ਖ ਦੇ ਪੁੱਤਰ ਆਰੀਅਨ ਨੂੰ ਵੱਡੀ ਰਾਤ ਐਨਸੀਬੀ ਦੀ ਚਾਰਜ ਸ਼ੀਟ 'ਚ ਨਾਮ ਹੀ ਨਹੀਂ ਕਰੂਜ਼ ਡਰੱਗ ਮਾਮਲੇ ਦੇ ਵਿੱਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਵੱਡੀ ਰਾਤ ਮਿਲੀ ਆ ਐਨਸੀਬੀ ਦੀ ਚਾਰਜ ਸ਼ੀਟ 'ਚ ਆਰੀਅਨ ਖਾਨ ਦਾ ਨਾਮ ਨਹੀਂ ਹੈ ਕਰੂਜ਼ ਡਰੱਗਜ਼ ਮਾਮਲੇ ਦੇ ਵਿੱਚ ਐਨਸੀਬੀ ਨੇ ਨਵੀਂ ਚਾਰਜ ਸ਼ੀਟ ਦਾਖਲ ਕੀਤੀ ਹੈ ਜਿਸ 'ਚ ਆਰੀਅਨ ਖਾਨ ਦਾ ਨਾਮ ਸ਼ਾਮਲ ਦੀ ਹੈ ਮੋਬਾਈ ਤੋਂ ਗੁਆ ਜਾ ਰਹੇ ਕਰੂਜ਼ ਸ਼ਿਪ 'ਚ ਹੋਣ ਵਾਲੇ ਡਰੱਗਸ ਪਾਰਟੀ 'ਚ ਆਰੀਅਨ ਖਾਨ ਸ਼ਾਮਲ ਹੋਣ ਜਾ ਰਿਹਾ ਸੀ ਪੰਜਾਬ ਦੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ ਦੀ ਅਦਾਇਗੀ 'ਚ ਵਾਧਾ 32 ਸਾਲ ਬਾਅਦ ਜੀ ਆਈਐਸ ਦੀਆਂ ਸੋਧਰਾਂ ਦੇ ਵਿੱਚ ਸੂਤਸ ਤੋਂ ਵੱਡੀ ਖਬਰ ਆ ਪਰ ਉਸ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਦੋਸਤੋ ਸਰਦੀ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੁੱਪ ਬੀਮਾ ਸਕੀਮ ਦੀ ਅਦਾਇਗੀ ਵਿੱਚ ਚਾਰ ਗੁਣਾ ਵਾਧਾ ਕਰ ਦਿੱਤਾ ਇਸ ਸਬੰਧਤ ਕਜ਼ਾਨਾ ਮੰਤਰੀ ਹਰਪਾਲ ਚੀਮਣੇ ਆਪਣੀ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਪੰਜਾਬ ਦੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਭਵਿੱਖ ਹੋਰ ਬਿਹਤਰ ਹੋ ਸਕੇ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਕਿਸੇ ਕਰਮਚਾਰੀ ਦੀ ਸੇਵਾ ਦੌਰਾਨ ਮੌਤ ਹੋ ਜਾਣ ਤਾਂ ਸੇਵਾ ਮੁਕਤੀ ਸਮੇ ਉਸ ਨੂੰ 15000 ਰੁਪਏ ਤੋਂ 1,20,000 ਰੁਪਏ ਦੀ ਅਦਾਇਗੀ ਕੀਤੀ ਜਾਂਦੀ ਸੀ ਜੋ ਹੁਣ 60,000 ਤੋਂ 4,80,000 ਰੁਪਏ ਤੱਕ ਕਰ ਦਿੱਤੀ ਗਈ ਹੈ ਸੋ 1 ਜਨਵਰੀ 2023 ਤੋਂ ਇਹ ਲਾਗੂ ਹੋ ਜਾਵੇਗਾ ਹੁਣ ਡੌਂਕੀ ਲਾਨ ਦੇ ਲੋੜ ਨੇ ਬਿਨਾ ਆਇਲਟਸ ਯੂਐਸਏ ਜਾਣ ਦਾ ਸ਼ਾਨਦਾਰ ਮੌਕਾ ਕਰੋ ਅਪਲਾਈ ਸੋ ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਚਾਹੇ ਕਾਫੀ ਦਿਲਚਸਪੀ ਆਪਣੇ ਸੁਪਨੇ ਪੂਰਾ ਕਰਨ ਦੇ ਲਈ ਭਵਿੱਖ ਚ ਹਰ ਸੰਭਵ ਕੋਸ਼ਿਸ਼ ਕਰਦੇ ਨੇ ਵਿਦੇਸ਼ ਜਾਣ ਦੇ ਲਈ ਬੱਚਾ ਐਲਸ ਕਰਦੇ ਨੇ ਬੈਂਡ ਕੱਟ ਹੋਣ ਕਾਰਨ ਬੱਚੇ ਨਿਰਾਸ਼ ਹੋ ਜਾਂਦੇ ਨੇ ਜੇਕਰ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰੋ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਪਤਾ ਲੱਗ ਜਾਏਗਾ ਗਰਮੀ ਦੀਆਂ ਛੁੱਟੀਆਂ 'ਚ ਉਹ ਚੰਡੀਗੜ੍ਹ ਤੋਂ ਸਿੱਧੀ ਫਲਾਈਟ ਰਾਹੀਂ ਪਹੁੰਚੋ ਗੁਆਹ ਸ਼੍ਰੀਨਗਰ ਕੁਲੂ ਤੇ Shimla ਜਾਣ ਦੇ ਲਈ ਫਲਾਈਟ ਦਾ ਸਮਾਂ ਤੇ ਕਿਰਾਇਆ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਦੀ ਜ਼ਿਆਦਾਤਰ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਚੁੱਕੀਆਂ ਨੇ ਇਸ ਦੇ ਨਾਲ ਹਿਲਸ ਸਟੇਸ਼ਨ ਤੇ ਘੁੰਮਣ ਦਾ ਜੇਕਰ ਤੁਸੀਂ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਦੀ ਫਲਾਈਟ ਦੇ ਸ਼ਡਿਊਲ ਤੇ ਨਜ਼ਰ ਮਾਰੋ ਤਾਂ ਤੁਹਾਨੂੰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਈ ਪਹਾੜੀ ਸਟੇਸ਼ਨਾਂ ਵਾਲੀ ਸਿੱਧੀਆਂ ਉਡਾਨਾਂ ਮਿਲਣਗੀਆਂ ਇਸ ਸਮੇਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 86 ਉਡਾਨਾਂ ਚੱਲ ਰਹੀਆਂ ਨੇ ਜਿਹੜੀਆਂ ਅੰਮਦਾਬਾਦ ਦਿੱਲੀ ਮੁੰਬਈ ਕੋਲਕਾਤਾ ਲਖਨਊ ਸ਼ੀਰਿੰਗਰ ਗੁਆ ਬੈਂਗਲੌਰੂ ਹੈਦਰਾਬਾਦ ਕੁੱਲੂ ਪੁਣੇ ਲੇ ਲਦਾਖ ਲਖਨਊ ਕੋਲਕੱਤਾ ਹਿਸਾਰ ਦੇਰਾ ਦੁਨ ਪਟਨਾ ਚ ਨਹੀਂ ਤੇ ਧਰਮਸ਼ਾਲਾ ਤੇ ਸ਼ਿਮਲਾ ਵਰਗੇ ਸ਼ਹਿਰਾਂ ਦੇ ਲਈ ਚੱਲ ਰਹੀਆਂ ਨੇ ਤੁਹਾਨੂੰ ਦੱਸ ਦਈਏ ਜੀ 20 ਸੀਟਾਂ ਵਾਲਾ ਇੱਕ ਹੈਲੀਕਾਪਟਰ ਆ ਜਿਸ ਦਾ ਕਿਰਾਇਆ 3777 ਰੁਪਇਆ ਇਹ ਹੈਲੀਕਾਪਟਰ 30 ਮਿੰਟਾਂ ਵਿੱਚ ਚੰਡੀਗੜ੍ਹ ਤੋਂ ਪਹਾੜਾਂ ਦੀ ਰਾਣੀ ਸ਼ਿਮਲਾ ਤੱਕ ਲੈ ਜਾਂਦਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਸੰਗਰੂਰ ਜਿਮਨੀ ਚੋਣ ਕਸੂਤੀ ਸਥਿਤੀ ਦੇ ਵਿੱਚ ਫਸਿਆ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੇ ਅਸਤੀਫਾ ਦੇਣ ਤੋਂ ਬਾਅਦ ਹੋਣ ਜਾਰੀ ਚੋਣ ਸਬੰਧੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਜੇ ਇਹ ਚੋਣ 23 ਜੂਨ ਨੂੰ ਹੋਵੇਗੀ ਜਿਸ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਲੋਕ ਸਭਾ ਚੋਣ ਲੜਨ ਦੇ ਲਈ ਸਰਗਰਮੀਆਂ ਆਰੰਭ ਕਰ ਦਿੱਤੀਆਂ ਨੇ ਦੋ ਵਿਧਾਨ ਸਭਾ ਚੋਣਾਂ ਵਿੱਚ ਖਾਸੀਅਤ ਤੇ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਥਿਤੀ ਕਸੂਤੀ ਬਣੀਆ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਲਕਾ ਸੰਘੂਰ ਅੰਦਰ ਪੈਂਦੇ 10 ਵਿਧਾਨ ਸਭਾ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਤਰ੍ਹਾਂ ਹਾਰ ਹੋਈ ਆ ਉਮੀਦਵਾਰਾਂ ਦੀ ਜਮਾਤ ਜੱਤ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਬਾਦਲ ਵੱਲੋਂ 10 ਵਿਧਾਨ ਸਭਾ ਹਲਕਿਆਂ ਦੇ ਆਗਮਨ ਨਾਲ ਮੀਟਿੰਗ ਕਰਕੇ ਲੋਕਾਂ ਨੂੰ ਚੋਣਾਂ ਸੰਬੰਧੀ ਫੀਡਬੈਕ ਲਈਗੇ ਜ਼ਿਆਦਾਤਰ ਆਗੂਆਂ ਨੇ ਕਿਸੇ ਪੰਥਕ ਉਮੀਦਵਾਰ ਨੂੰ ਉਤਾਰਨ ਤੇ ਜ਼ੋਰ ਦਿੱਤਾ ਹੈ ਖਬਰ ਅੰਮ੍ਰਿਤਸਰ ਤੋਂ ਜਿੱਥੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਆਪ ਐਮਐਲਏ ਡਾਕਟਰ ਜਸਬੀਰ ਦੇ ਪ੍ਰਾਨ ਨੇ ਦਿੱਤੀ ਧਮਕੀ ਆਡੀਓ ਹੋਈ ਵਾਇਰਲ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਹਰ ਕੰਮ ਭ੍ਰਸ਼ਟਾਚਾਰ ਮੁਕਤ ਤੇ ਪੁਖਤਾ ਤਰੀਕੇ ਨਾਲ ਕਰਨ ਦੇ ਦਾਅਵੇ ਕਰਦੀ ਆ ਹਰ ਕੰਮ ਨੂੰ ਇਮਾਨਦਾਰੀ ਨਾਲ ਕਰਨ ਦੀ ਗੱਲ ਕਰਦੇ ਉੱਥੇ ਕੁਝ ਐਸੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਜੋ ਪਾਰਟੀ ਦੀ ਸਾਖ ਸ਼ਾਭੀ ਨੂੰ ਖਰਾਬ ਕਰ ਰਹੇ ਨੇ ਇੱਕ ਪਾਸੇ ਵਿਧਾਇਕ ਆਪ ਲੋਕਾਂ ਦੀ ਸੇਵਾ ਦੀ ਗੱਲ ਕਰਦੇ ਨੇ ਦੂਜੇ ਪਾਸੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਧਾਇਕ ਦੇ ਨਾਮ ਤੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਹਲਕੇ ਤੋਂ ਕਾਂਗਰਸ ਆਪ ਦੇ ਵਿਧਾਇਕ ਡਾਕਟਰ ਜਸਵੀਰ ਸਿੰਘ ਦੇ ਭਰਾ ਦਵਿੰਦਰ ਸਿੰਘ ਦੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਤੋਂ ਦਵਿੰਦਰ ਸਿੰਘ ਬਿਜਲੀ ਅਧਿਕਾਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਹੈ ਜੇ ਕਿਸੇ ਵਿਅਕਤੀ ਦੇ ਮੀਟਰ ਲਗਵਾਉਣ 'ਚ ਹੋ ਰਹੀ ਦੇਰੀ ਦੀ ਗੱਲ ਨੂੰ ਲੈ ਕੇ ਉਸਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਕਾਲ ਕਰ ਰਿਹਾ ਪਰ ਉਸਦੀ ਕਾਲ ਨਹੀਂ ਚੁੱਕਰੇ ਬਾਅਦ ਵਿੱਚ ਮੈਲਾ ਅਧਿਕਾਰੀ ਨੂੰ ਖੁਦ ਡਾਕਟਰ ਜਸਬੀ ਡਿੰਪਾ ਪਰਾ ਹੋਣ ਦੀ ਗੱਲ ਕਹਿੰਦਾ ਧਮਕੀ ਦਿੰਦਾ ਤੁਹਾਡੀ ਬਦਲੀ ਇਸ ਜਗ੍ਹਾ ਤੇ ਕੀਤੇ ਜਾਵੇਗੀ ਤੁਸੀਂ ਹਿਸਾਬ ਨਹੀਂ ਲਾ ਸਕਦੇ 1 ਜੂਨ ਤੋਂ ਮਹਿੰਗੀਆਂ ਹੋ ਰਹੀਆਂ ਇਹ ਚੀਜ਼ਾਂ ਤੁਹਾਡੀ ਜੇਬ ਤੇ ਪਵੇਗਾ ਬਹੁਤ ਜੇ 1 ਜੂਨ 2022 ਦੇ ਸ਼ੁਰੂ ਤੋਂ ਹੀ ਮੰਗਿਆਈ ਦਾ ਛਟਕਾ ਲੱਗਣ ਵਾਲਾ ਜੀ ਤੁਹਾਡੇ ਪੈਸਿਆਂ ਨਾਲ ਜੁੜੇ ਕਈ ਬਦਲਾ ਹੋਣ ਵਾਲੇ ਹਨ ਇਸ ਲਈ ਤਰੀਕ 1 ਤੋਂ ਪਹਿਲਾਂ ਸਾਰੇ ਬਦਲਾਅ ਹੋਣ ਬਾਰੇ ਪਤਾ ਹੋਣਾ ਚਾਹੀਦਾ ਜੀ ਮਈ ਦਾ ਮਹੀਨਾ ਖਤਮ ਹੋਣ ਨੇੜੇ ਆ ਜੇਕਰ ਕੰਮ ਦੇ ਦਿਨਾਂ ਦੀ ਗੱਲ ਕਰੀਏ ਤਾਂ ਇਸ ਮਹੀਨੇ ਚ ਸਿਰਫ 2 ਹੀ 3 ਬਚੇ ਨੇ ਨਵੇਂ ਮਹੀਨੇ ਦੀ ਸ਼ੁਰੂਆਤ ਤੇ ਬਹੁਤ ਸਾਰੇ ਬਦਲਾਅ ਲੈ ਕੇ ਆਉਂਦਾ ਹੈ ਜੀ ਆਉਣ ਵਾਲਾ ਜੂਨ ਮਹੀਨਾ ਵੀ ਬਦਲਾਅ ਲੈ ਕੇ ਆ ਰਿਹਾ ਜਿਸ ਦਾ ਸਿਰ ਦਸਤਰ ਤੁਹਾਡੇ ਤੇ ਪਵੇਗਾ ਐਸਬੀਆਈ ਦੀ ਹੋਮ ਲੋਨ ਦੀ ਵਿਆਜ ਵਾਧ ਜਾਵੇਗੀ ਐਕਸਿਸ ਬੈਂਕ ਦੇ ਖਾਤਿਆਂ ਦੇ ਵਿੱਚ ਜ਼ਿਆਦਾ ਪੈਸਾ ਰੱਖਣਾ ਪਵੇਗਾ ਸੋ ਔਸਤ ਮਾਸਿਕ ਬਕਾਇਆ ਸੀਮਾ 15000 ਤੋਂ ਬਤਾ ਕੇ 25000 ਰੁਪਏ ਤੱਕ ਦੀ ਕਰ ਦਿੱਤੀ ਗਈ ਹੈ ਸੋ 골ਡ ਹਾਲਮਾਰਕਿੰਗ ਹੋਲਡ ਹਾਲਮਾਰਕਿੰਗ ਨੂੰ ਲਾਗੂ ਕਰਨ ਦਾ ਦੂਜਾ ਪੜਾਅ ਤੇ ਮੋਟਰ ਬੀਮਾ ਪ੍ਰੀਮੀਅਮ ਮਹਿੰਗਾ ਹੋ ਜਾਵੇਗਾ ਪੰਜਾਬ ਦੇ ਵੱਡੇ ਆਗੂ ਹੋ ਸਕਦੇ ਨੇ ਭਾਜਪਾ ਦੇ ਵਿੱਚ ਸ਼ਾਮਲ ਪੰਜਾਬ ਦੀ ਸਿਆਸਤ 'ਚ ਰੋਜ਼ ਨਵੀਂ ਚਰਚਾ ਛਿੜੀ ਰਹਿੰਦੀ ਹੈ ਪਿਛਲੇ ਦਿਨੀ ਕਾਂਗਰਸ ਦੇ ਵੱਡੇ ਲੀਡਰ ਜਾਕਰ ਦੇ ਭਾਜਪਾ ਤੋਂ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਉਥਲ-ਪਤਲ ਸ਼ੁਰੂ ਹੋ ਗਈ ਹੈ ਪਰ ਉਸੇ ਜੋਗ ਸੂਤਰਾ ਦੇ ਅਨੁਸਾਰ ਪੰਜਾਬ ਨਾਲ ਸੰਬੰਧਿਤ ਕਈ ਵੱਡੇ ਅਕਾਲੀ ਅਤੇ ਕਾਂਗਰਸੀ ਲੀਡਰ ਆਉਂਦੇ ਸਮੇਂ ਚਾ ਪਾਜਪਾ ਦੇ ਬੇੜੇ 'ਚ ਸਵਾਰ ਹੋ ਸਕਦੇ ਨੇ ਪਾਜਪਾ 2024 ਦੀਆਂ ਇਲੈਕਸ਼ਨਾਂ ਦੀ ਤਿਆਰੀ ਚੋਰਾਸ਼ੂਰਾ ਨਾਲ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਇਸ ਲੜਾਈ ਦੇ ਤਹਿਤ ਪਾਜਪਾ ਦੀ ਸੈਂਟਰਲ ਲੀਡਰਸ਼ਿਪ ਨੇ ਪੰਜਾਬ ਦੀ ਸਿਆਸਤ 'ਚ ਹਸਨ ਲਾਉਣਾ ਸ਼ੁਰੂ ਕਰ ਦਿੱਤਾ ਹੈ ਚੰਡੀਗੜ੍ਹ ਸਿੱਖਿਆ ਵਿਭਾਗ ਤੋਂ ਫਾਈਲਾਂ ਦੱਬੇ ਬੈਠੇ ਬਾਪੂਆਂ ਲਈ ਖਾਤਰੇ ਦੀ ਘੰਟੀ ਕੰਮ ਚੋਰ ਮੁਲਾਤਮਾਂ ਦੀ ਲਿਸਟ ਤਿਆਰ ਚੰਡੀਗੜ੍ਹ ਸਿੱਖਿਆ ਵਿਭਾਗ ਵਿੱਚ ਕੁਰਸੀ ਤੇ ਬੈਠਣ ਵਾਲੇ ਬਾਬੂਆਂ ਦੇ ਮਾੜੇ ਦਿਨ ਸ਼ੁਰੂ ਹੋ ਗਏ ਨੇ ਡੀਐਸਸੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਡੀਈਓ ਨੇ ਫਾਈਲਾਂ ਦੱਬ ਕੇ ਬੈਠੇ ਬਾਬੂਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਗਤੀਵਿਧੀਆਂ ਦੀ ਸੂਚੀ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਖਤ ਕੋਲ ਪੁੱਜਣੀ ਸ਼ੁਰੂ ਹੋ ਗਈ ਹੈ ਸਿੱਖਿਆ ਵਿਭਾਗ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਜਨਤਾ ਨੇ ਹੁਣ ਬਾਪੂਆਂ ਵੱਲੋਂ ਜਾਣਬੁੱਝ ਕੇ ਉਹਨਾਂ ਦੀਆਂ ਫਾਈਲਾਂ ਨੂੰ ਲਟਕਾਉਣਾ ਤੇ ਬਿਨਾਂ ਵਜ੍ਹਾ ਦਫ਼ਤਰਾਂ ਦੇ ਤੱਕੇ ਖਵਾਉਣ ਵਾਲੇ ਅਫਸਰਾਂ ਨੂੰ ਹੁਣ ਫੂਰ ਫਾਰ ਫਾਈਲ ਦਾ ਜਵਾਬ ਦੇਣਾ ਪਵੇਗਾ। ਪਰਮੇਂਦਰ ਰਟਿੰਸਾ ਨੂੰ ਲੋਕ ਸਭਾ ਸੰਗਰੂਰ ਲੋਕ ਸਭਾ ਜਿਮਨੀ ਚੋਣ ਲੜਾਉਣ ਨੂੰ ਲੈ ਕੇ ਪਾਸਪਾ ਦੇ ਕੇਂਦਰੀ ਮੰਤਰੀ ਦਾ ਵੱਡਾ ਬਿਆਨ। ਸੰਗਰੂਰ ਲੋਕ ਸਭਾ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਕੁੱਲਪੀਆਂ ਨੇ। ਕੇਂਦਰੀ ਮੰਤਰੀ ਗਜੇਂਦਰ ਸ਼ਕਾਪ ਨੇ ਕਿਹਾ ਕਿ ਜਿੱਤ ਹਾਸਲ ਕਰਨ ਲਈ ਬਾਜਪਾ ਸਾਰਾ ਜੋਰ ਲਾਏਗੀ ਇਸ ਮੌਕੇ ਉਹਨਾਂ ਨੇ ਜਿਮਨੀ ਚੋਣਾਂ ਲਈ ਉਤਾਰੇ ਜਾਣ ਵਾਲੇ ਪਾਰਟੀ ਉਮੀਦਵਾਰ ਨੂੰ ਲੈ ਕੇ ਐਮ ਬਿਆਨ ਦਿੱਤਾ ਇਸ ਦੇ ਨਾਲ ਉਹਨਾਂ ਨੇ ਕਿਹਾ ਜਲਦੀ ਹੀ ਸਾਰੇ ਪਾਰਟੀ ਆਗੂ ਸੰਗਰੂਰ ਲੋਕ ਸਭਾ ਦੀ ਸੀਟ ਦੀ ਜਿਮਨੀ ਚੋਣ ਲਈ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨਗੇ ਉਹਨਾਂ ਨੇ ਕਿਹਾ ਜੇ ਪਰਮੇਂਦਰ ਢੀਂنسੇ ਨੂੰ ਹਾਲੇ ਨਹੀਂ ਉਤਾਰਾਂਗੇ ਇਸ ਬਾਰੇ ਕੋਈ ਵਿਚਾਰ ਨਹੀਂ ਸ਼ੱਕ ਦੇ ਘੇਰੇ ਚੂਹਾ ਪੰਜਾਬ ਸਰਕਾਰ ਵੱਲੋਂ ਦੋ ਦਵਾਈ ਕੰਪਨੀਆਂ ਨਾਲ ਕੀਤਾ ਸਮਝੌਤਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਸ਼ਾ ਛਡਾਉਣ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣ ਵਾਲੀਆਂ ਦੋ ਕੰਪਨੀਆਂ ਨਾਲ ਕੀਤਾ ਗਿਆ ਸਮਝੌਤਾ ਸ਼ੱਕ ਦੇ ਘੇਰੇ ਚੂਹਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਨਸ਼ਾ ਛਡਾਉ ਦਵਾਈ ਸਪਲਾਈ ਲਈ ਦੋ ਫਰਮਾਂ ਨੂੰ 52 ਕਰੋੜ ਰੁਪਏ ਤੋਂ ਵੱਧ ਦਾ ਠੇਕਾ ਦਿੱਤਾ ਹੈ ਫਰਮਾਂ ਵੱਲੋਂ ਵਿਰੋਧ ਬ੍ਰੋਪੋਨੋਫਾਈਨ ਨੋਲੋਸਕੋਨ ਗੋਲੀਆਂ ਦੀ 80 ਲੱਖ ਪੇਟੀਆਂ ਦੀ ਸਾਲਾਨਾ ਸਪਲਾਈ ਦਾ ਆਰਡਰ ਦਿੱਤਾ ਗਿਆ ਸੀ ਜਿਸ ਨਾਲ ਸਰਕਾਰੀ ਖਜ਼ਾਨੇ ਤੇ ਪ੍ਰਤੀ ਸਾਲ 3.76 ਕਰੋੜ ਰੁਪਏ ਦਾ ਬੋਝ ਪਵੇਗਾ ਸੂਤਰਾਂ ਅਨੁਸਾਰ ਸਰਕਾਰ ਵੱਲੋਂ ਮੰਗੇ ਗਏ ਟੈਂਡਰ ਵਿੱਚ ਮumbai ਅਤੇ ਗੁਜਰਾਤ ਦੀਆਂ ਦੋ-ਵੱਖ-ਵੱਖ ਕੰਪਨੀਆਂ ਨੇ 65 ਰੁਪਏ ਦੀ ਰਕਮ ਭਰੀ ਸੀ ਜਦ ਕਿ ਇਸ ਤੋਂ ਪਹਿਲਾਂ ਦਵਾਈ ਸਰਕਾਰ 2022 ਨੂੰ 60 ਰੁਪਏ 82 ਪੈਸੇ ਤੇ ਮਿਲ ਰਹੀ ਸੀ ਨਿਯਮ ਅਨੁਸਾਰ ਜੇਕਰ ਦੋ ਕੰਪਨੀਆਂ ਟੈਂਡਰ ਵਿੱਚ ਇੱਕ ਰਕਮ ਭਰਦਿਆਂ ਤੇ ਇਹ ਰਕਮ ਮਜੂਤਾ ਰਕਮ ਨਾਲ ਵੱਧ ਹੋਵੇ ਤਾਂ ਸਰਕਾਰ ਵੱਲੋਂ ਦੁਬਾਰਾ ਟੈਂਡਰ ਲਿਆ ਜਾਂਦਾ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ ਪੀਐਸਪੀਸੀਐਲ ਨੇ ਹਰਦੇਵ ਸਿੰਘ ਏਐਲ ਮਨੂਸ ਤੇ ਘਰ ਬਿਜਲੀ ਚੋਰੀ ਕਰਨ ਦੇ ਇਲਜ਼ਾਮ ਚੁਕਿਤਾ ਮੁਅੱਤਲ ਪੀਐਸਪੀਸੀਐਲ ਦੇ ਬੁਲਾਰੇ ਨੇ ਖੁਲਾਸਾ ਕੀਤਾ ਹੈ ਕਿ ਇੱਕ ਸ਼ਿਕਾਇਤ ਦੇ ਆਧਾਰ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅਪੂਰ ਵਿਕੇਤ ਨਾਇਤ ਰਦੇਵ ਸਿੰਘ ਸਹਾਇਕ ਲਾਈਨਮੈਨ ਉਸ ਦੇ ਘਰ ਸਿੱਧੀ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਦੋਸ਼ ਵਿੱਚ ਮੁਅਤਲ ਕਰ ਦਿੱਤਾ ਬੁਲਾਰੇ ਨੇ ਕਿਹਾ ਪੀਐਸਪੀਸੀਐਲ ਦੀ ਸ਼ਿਕਾਇਤ ਦਾ ਗੰਭੀਰ ਨੋਟਿਸ ਲਿਆ ਗਿਆ ਹੈ ਜਾਂਚ ਦੇ ਵਿੱਚ ਇਨਫੋਰਸਮੈਂਟ ਸੰਸਥਾ ਦੁਆਰਾ ਕੀਤੀ ਗਈ ਦਾ ਸਾਹਮਣੇ ਆਇਆ ਕਿ ਉਸ ਦੀਆਂ ਸੀਲਾਂ ਟੁੱਟੀਆਂ ਹੋਈਆਂ ਨੇ ਪੰਜਾਬ ਸਰਕਾਰ ਦੀਆਂ ਸਰਕਾਰੀ ਬੱਸਾਂ ਜਾਣਗੀਆਂ ਦਿੱਲੀ ਹਵਾਈ ਅੱਡੇ ਟਾਈਮ ਟੇਬਲ ਜਾਰੀ ਕਰ ਦਿੱਤਾ ਗਿਆ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਹਵਾਈ ਅੱਡੇ ਉੱਤੇ ਜਾਣਗੀਆਂ ਇਸ ਸਬੰਧੀ ਟਾਈਮ ਟੇਬਲ ਜਾਰੀ ਹੋ ਗਿਆ ਦਿੱਲੀ ਹਵਾਈ ਅੱਡੇ ਲਈ ਪੰਜਾਬ ਪਰਦੇ ਵੱਖ-ਵੱਖ ਸ਼ਹਿਰਾਂ ਤੋਂ ਸਰਕਾਰੀ ਬੱਸਾਂ ਚੱਲਣਗੀਆਂ ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਤੇ ਪਣ ਬੱਸ ਪੁਲ ਦਿੱਲੀ 에ਰਪੋਰਟ ਤੱਕ ਦਾ ਲਾਇਸੈਂਸ ਨਹੀਂ ਸੀ ਸੂਬਾ ਸਰਕਾਰ ਨੇ ਇਸ ਸਬੰਧੀ ਸਾਰੀ ਪ੍ਰਕਿਰਿਆ ਮੁਕੰਮਲ ਕਰ ਦਿੱਤੀ ਆ ਸਰਕਾਰੀ ਬੱਸਾਂ ਦਿੱਲੀ ਹਵਾਈ ਅੱਡੇ ਪਹੁੰਚਣਗੀਆਂ ਇਸ ਨਾਲ ਸਰਕਾਰੀ ਬੱਸਾਂ ਦਿੱਲੀ ਕਮਾਂਤਰੀ ਹਵਾਈ ਅੱਡੇ ਤੱਕ ਜਾ ਸਕਣਗੀਆਂ ਇਸ ਸੰਬੰਧੀ ਜ਼ਿਲ੍ਹਾ ਮੈਨੇਜਰਾਂ ਨੂੰ ਪੱਤਰ ਜਾਰੀ ਕਰਕੇ ਵਾਹਲੋ ਬੱਸਾਂ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਕੁਮਨਦਰੀ ਹਵਾਈ ਅੱਡੇ ਤੱਕ ਜਾਣਗੀਆਂ ਪਣ ਬੱਸ ਦੇ ਕਾਰਜਕਾਰੀ ਡਾਇਰੈਕਟਰ ਦੇ ਹਸਤਾਖਸ਼ਮ ਵਾਲੇ ਪੱਤਰ ਨੂੰ ਡਿਪਮਾ ਨੂੰ ਪਕਾਇਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ ਗਿਆ ਹੈ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਦੀ ਹਾਜ਼ਰੀ ਵਿੱਚ ਕਾਨੂੰਨਵਾਨ ਚ ਸੁਵੈ ਇੱਛਾ ਨਾਲ 100 ਉਨੀ ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੱਡਿਆ ਸੋ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਕਬਜ਼ਾ ਹਟਾਉਣ ਦੀ ਮਹਿਮ ਨਿਰੰਤਰ ਜਾਰੀ ਹੈ 30 ਜੂਨ ਤੱਕ ਲੋਕ ਪੰਚਾਇਤੀ ਜ਼ਮੀਨਾਂ ਤੋਂ ਸਵੈ ਇਚਾਰਾ ਨਾਲ ਕਬਜ਼ਾ ਛੱਡ ਸਕਦੇ ਨੇ ਇਹ ਪ੍ਰਗਟਾਵਾ ਕੁਲਦੀਪ ਢਾਲੀਵਾਲ ਪਿੰਡੂ ਵਿਕਾਸ ਅਤੇ ਪੰਚਾਇਤ ਪਸ਼ੂ ਪਾਲਣ ਮੱਛੀ ਅਤੇ ਡੇਰੀ ਵਿਕਾਸ ਅਤੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਅਤੇ ਸਥਾਨਕ ਪੰਚਾਇਤ ਪਵਨ ਵਿਖੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਕੀਤਾ ਇਸ ਮੌਕੇ ਕਾਨੂੰਨਾਨ ਹਲਕੇ ਦੇ ਕਿਸਾਨਾਂ ਨੇ ਕੈਬਨਟ ਮੰਤਰੀ ਗੁਲਦੀਪ ਤਾਲੀਵਾਲੀ ਦੀ ਹਾਜ਼ਰੀ ਵਿੱਚ ਸਵੈ ਇੱਛਾ ਨਾਲ 119 ਏਕੜ ਪੰਚਾਇਤੀ ਜ਼ਮੀਨ ਛੱਡੀ ਜਿਸ ਦੇ ਵਿੱਚ 37 ਏਕੜ ਕਾਨੂੰਨ ਅਣਬੇਟ ਅਤੇ 82 ਏਕੜ ਪਿੰਨ ਦਾ ਮਿਹੜੇ ਦੀ ਪੰਚਾਇਤੀ ਜ਼ਮੀਨ ਸ਼ਾਮਲ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਘਰ ਬਣਾਉਣਾ ਹੋਇਆ ਸੌਖਾ ਸੀਮੈਂਟ ਦੀਆਂ ਕੀਮਤਾਂ 'ਚੋਂ 20 ਰੁਪਏ ਪ੍ਰਤੀ ਪੂਰੀ ਖਰਾਬਤ ਸੂਪੰਜਾਬ ਦੇ ਵਿੱਚ ਘਰ ਬਣਾਉਣ ਦਾ ਸੁਪਨਾ ਵੇਖ ਰਹੇ ਲੋਕਾਂ ਨੂੰ ਵੱਡੀ ਰਾਤ ਮਰੀ ਹੈ ਜੀ ਸਰਯੇ ਤੋਂ ਬਾਅਦ ਸੀਮਿੰਟ ਦੀ ਕੀਮਤ ਚੋ ਗਰਾਵਟਾਈ ਹੈ ਜਿਕਰ ਜੋਗੇ ਕਿ ਸੀਮਿੰਟ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ ਇਸ ਸਬ ਦਾ ਵੱਧ ਤੋਂ ਅਸਰ ਮਾਤ ਵਰਕ ਨੂੰ ਪੈ ਰਿਹਾ ਸੀ ਪਹਿਲਾਂ ਸੀਮਿੰਟ ਦੀ ਬੋਰੀ 450 ਰੁਪਏ ਦੀ ਸੀ ਹੁਣ 430 ਰੁਪਏ ਚ ਮਿਲ ਰਹੀ ਸੀ ਬੋਰੀ ਦੀ ਕੀਮਤ ਚ 20 ਰੁਪਏ ਤੇ ਵਾਧੇ ਦੀ ਗਰਾਵਟਾਈ ਹੈ ਪਿਛਲੇ 1 ਮਹੀਨੇ ਚ ਲਗਭਗ 40 ਤੋਂ 60 ਰੁਪਏ ਪ੍ਰਤੀ ਬੋਰੀ ਸੀਮਿੰਟ ਦੇ ਰੇਟ ਵਧੇ ਨੇ ਪਰ ਸੀਮਿੰਟ 20 ਰੁਪਏ ਪ੍ਰਤੀ ਬੋਰੀ ਸਸਤਾ ਵੀ ਹੋ ਗਿਆ ਛੁੱਟੀ ਤੋਂ ਵਾਪਸ ਪਰਤੇ ਫਾਜ਼ਿਲਕਾ ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਚੀ ਫਾਜ਼ਿਲਕਾ ਦੀ 52 ਬਟਾਲੀਅਨ ਤੋਂ ਤਨਾਇਤ 30 ਸਾਲਾ ਫੌਜੀ ਜਵਾਨ ਕੈਨਮੂਨੀਆਂ ਗਾਮਲ ਵੱਲੋਂ ਆਪਣੀ ਰਾਇਕਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮੰਤਵ ਦਾ ਸਾਹਮਣੇ ਆਇਆ ਜਿਸ ਦੀ ਮਰਤਕ ਤੇ ਉਹ ਬਾਦਲ ਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਇਸ ਮਾਮਲੇ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਉਸ ਦੀ ਉਮਰ 30 ਸਾਲ ਹੈ ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ ਤਾਂਤਰਿਕ ਨੇ ਪੱਟ ਤਾਂ ਹੱਸਦਾ ਵਸਦਾ ਸੁਖੀ ਪਰਿਵਾਰ ਸੁਭਾਵੇਂ ਕਿ ਭਾਰਤੀ ਕਾਨੂੰਨ ਵਿੱਚ ਚੰਦ ਵਿੱਚਵਾਸ ਨੂੰ ਅਪਰਾਧ ਮੰਨਿਆ ਜਾਂਦਾ ਪਰ ਫਿਰ ਵੀ ਸਭ ਤੋਂ ਬੇਖੌਫ ਕੌਤੀ ਬਾਬੇ ਤੇ ਤਾਂ ਤੰਤਰਿਕ ਆਪਣੀਆਂ ਰੋਟੀਆਂ ਸੇਕਣ ਦੇ ਲੋਕਾਂ ਦੇ ਘਰ ਪਾੜਨ ਤੋਂ ਗਰੇਜ਼ ਨਹੀਂ ਕਰਦੇ ਮਾਮਲਾ ਪੁਲਿਸਪੋਰਟ ਤੋਂ ਸਾਹਮਣੇ ਆਇਆ ਜਿੱਥੇ ਹੱਸਦੇ ਵਸਦੇ ਇੱਕ ਸੁਖੀ ਪਰਿਵਾਰ ਨੂੰ ਇੱਕ ਤਾਂਤਰਿਕ ਦੇ ਕਦਮਾਂ ਦੇ ਪੈਂਦੇ 20 ਸਾਲਾਂ ਤੋਂ ਸੁਖੀ ਵਸਦੀ ਵੱਡੀ ਨੂੰ ਨੂੰ ਝਾੜ ਕੇ ਪੇਕ ਕੇ ਆ ਗਈ ਤੇ 8 ਮਹੀਨਿਆਂ ਵਿੱਚ ਹੀ ਪਰਿਵਾਰ ਦੀ ਛੋਟੀ ਨੂੰ ਵੀ ਖੋਦ ਹੋਜੀ ਕਰ ਗਈ ਪਰਿਵਾਰ ਤੇ ਤਾੰਤ੍ਰਿਕ ਦੇ ਅਸਰ ਦਾ ਆਲਮ ਹੈ ਕਿ 8 ਮਹੀਨਿਆਂ ਚ ਪੀਕੇ ਬੈਠੀ ਵੱਡੀ ਨੂੰ ਨਹੀਂ ਛੋਟੀ ਨੂੰ ਖੁਦ ਖੁਸ਼ੀ ਲਈ ਮਰਦੂਪੂਰ ਕਰਨ ਦਾ ਪਰਚਾ ਦਰਜ ਕਰਵਾ ਦਿੱਤਾ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜ਼ਰੂਰੀ ਖਬਰ ਕੈਨੇਡਾ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਰੂਟ ਚ ਹੋਣ ਵਾਲੇ ਨੇ ਵੱਡੇ ਬਦਲਾਅ ਸੋ ਕੈਨੇਡਾ ਦੇ ਪੁਆਇੰਟ ਆਧਾਰਿਤ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਵਿੱਚ ਵੱਡੇ ਸੁਧਾਰ ਦੀ ਯੋਜਨਾ। ਬਨਰੀਆ ਜਿਸ ਦੇ ਨਾਲ ਕੈਨੇਡੀਅਨ ਸਰਕਾਰ ਉਹਨਾਂ ਉਮੀਦਵਾਰਾਂ ਨੂੰ ਸਹਾਇਤਾ ਸਕਦੀ ਹੈ ਜੋ ਮੌਜੂਦਾ ਸਮੇਂ ਦੀਆਂ ਲੇਬਰ ਸੰਬੰਧੀ ਲੋੜਾਂ ਪੂਰੀਆਂ ਕਰਦੇ ਨੇ ਦੇਸੀ ਜੁਗਾਰ ਦਾ ਕਮਾਲ ਵੀ 250 ਫੁੱਟ ਡੂੰਘੇ ਬੋਰਵੈਲ ਚ ਡਿੱਗੇ 12 ਸਾਲਾਂ ਬੱਚੇ ਨੂੰ ਸੁਰੱਖਤ ਬਾਹਰ ਕਢਿਆ Rajasthan ਦੇ Jalore ਜ਼ਿਲ੍ਹੇ ਚ ਵੀਰਵਾਰ ਨੇ ਇੱਕ ਮੁੰਡਾ ਬੋਰਵੈਲ ਚ ਡਿੱਗ ਕੇ ਦੇਸੀ ਜੁਗਾਰ ਨਾਲ ਬਾਹਰ ਕਢ ਲਿਆ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਤਾਗਬ ਚੋਂ ਮੁੰਡਾ ਨਿਬਰਾਮ 12 ਸਾਲ ਦਾ ਖੇਤ ਵਿੱਚੋਂ ਡਿੱਗ ਪਿਆ ਖੱਡ ਦੇ ਵਿੱਚ ਡਿੱਗ ਪਿਆ ਖੇਤ ਚ ਸਥਿਤ ਬੂਰਵੈਲ 'ਚ ਡਿੱਗ ਪਿਆ ਹਾਸੀ ਸਮੇਂ ਪਰਿਵਾਰ ਵਾਲੇ ਘਰ ਨਹੀਂ ਸੰਨ ਬੱਚਾ ਘਰ ਨਾ ਮਿਲਣ ਤੇ ਲੱਭਣ ਦੇ ਘੜਨਾ ਦਾ ਪਤਾ ਲੱਗਾ ਜਿਸ ਤੋਂ ਬਾਅਦ ਬੱਚੇ ਦੇ ਬੂਰਵੈਲ 'ਚ ਡਿੱਗਣ ਦੀ ਸੂਚਨਾ ਤੇ ਪ੍ਰਸ਼ਾਸਨ ਦੇ ਪੁਲਿਸ ਵਿਖਾੜੀ ਮੰਕ ਕੇ ਤੇ ਪਹੁੰਚੇ 250 ਕੋਟ ਡੂੰਘੇ ਬੂਰਵੈਲ 'ਚ ਉਹ 90 ਫੀਸ ਫੁੱਟ ਤੇ ਫਸਿਆ ਸੀ ਬੱਚੇ ਨੂੰ ਬੂਰਵੈਲ 'ਚ ਕੱਢਣ ਲਈ ਦੇਸੀ ਜੁਗਾਰ ਵਿੱਚ ਬਣਾਉਣ ਵਿੱਚ ਮਾਹਰ ਮੇਡਾ ਵਾਸੀ ਮਾਧाराम ਸੁਦਾਰ ਨੂੰ ਮੌਕੇ ਤੇ ਬੁਲਾਇਆ ਉਸਨੇ ਦੇਸੀ ਜੁਗਾਰ ਨਾਲ ਕੋਦੇ ਹੀ ਪਲਾ ਵਿੱਚ ਬੱਚੇ ਨੂੰ ਬਾਹਰ ਕੱਢ ਲਿਆ ਸਰਕਾਰੀ ਕੰਮ ਚ ਵਿਗੜਨ ਪਾਉਣ ਦੇ ਦੋਸ਼ਾ ਤਹਿਤ ਪੰਚਾਇਤ ਅਧਿਕਾਰੀ ਨੇ ਆਪ ਆਗੂ ਵਿਰੁੱਧ ਦਰਜ ਕਰਵਾਈ ਸ਼ਿਕਾਇਤ ਸਰਹੱਦੀ ਇਲਾਕੇ ਟਾਰੀ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੇ ਆਮ ਆਦਮੀ ਪਾਰਟੀ ਦੇ ਆਗੂ ਤੋਂ ਨਾਰਾਜ਼ ਹੋ ਗਏ ਨੇ ਉਹਨਾਂ ਖਿਲਾਫ ਸਰਕਾਰੀ ਕੰਮ ਚ ਵਿਗਨ ਪਾਉਣ ਦੀ ਕਰੇਂਡਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕਰੇਂਡਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਜ਼ਦੂਰਾਂ ਲਈ ਚੰਗੀ ਖਬਰ ਘਟੋ ਘੱਟ ਉਜਾਰਤ ਤੋਂ ਘੱਟ ਪੈਸੇ ਦੇਣ ਲਈ ਮਤੇ ਪਾਉਣ ਵਾਲੀਆਂ ਪੰਚਾਇਤਾਂ ਖਿਲਾਫ ਹੋਏਗੀ ਕਾਰਵਾਈ ਚੋਣੇ ਦੀ ਲਵਾਈ ਨੂੰ ਲੈ ਕੇ ਪਿੰਡਾਂ ਦੇ ਵਿੱਚ ਪੰਚਾਇਤਾਂ ਤੋਂ ਘੱਟੋ ਘੱਟ ਉਜਾਰਤ ਤੋਂ ਘੱਟ ਪੈਸੇ ਦੇਣ ਦੇ ਮਤੇ ਪਾਉਣ ਵਾਲੀਆਂ ਦੀ ਹੁਣ ਖੈਰ ਨਹੀਂ ਆ ਘੱਟੋ ਦਰਦ ਤੋਂ ਘੱਟ ਪੈਸੇ ਦੇਣ ਲਈ ਮਤੇ ਪਾਉਣ ਵਾਲੀਆਂ ਪੰਚਾਇਤਾਂ ਉੱਤੇ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਅਚਿਰਤ ਸਕੱਤਰ ਪੰਜਾਬ ਸੁਮੇਰ ਸਿੰਘ ਗੁੱਜਰ ਨਾਲ ਮਜ਼ਦੂਰ ਏਕਤਾ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਮੀਟਿੰਗ ਦੇ ਵਿੱਚ ਮਜ਼ਦੂਰ ਇਕਤਾ ਸੰਘਰਸ਼ ਕਮੇਟੀ ਦੇ ਆਗੂ ਕੁਲਦੀਪ ਸਿੰਘ ਸਰਦੂਲਗੜ ਆਦਿ ਮੌਜੂਦ ਸਨ ਲਦਾਖ ਤੋਂ ਵੱਡਾ ਸੜਕ ਹਾਦਸਾ 26 ਜਵਾਨਾਂ ਨੂੰ ਲੈ ਕੇ ਜਾ ਰਿਹਾ ਫੌਜ ਦਾ ਵਾਹਨ ਸ਼ਿਓਕ ਨਦੀ 'ਚ ਡਿੱਗਿਆ 7 ਦੀ ਮੌਤ ਲਦਾਖ ਖੇਤਰ ਤੋਂ ਵੀਰਵਾਰ ਨੂੰ 26 ਸੜਕਾਂ ਨੂੰ ਜਾ ਕੇ ਲੈ ਕੇ ਜਾ ਰਿਹਾ ਇੱਕ ਵਾਹਨ ਸ਼ਿਯੋਕ ਨਦੀ 'ਚ ਡਿੱਗ ਪਿਆ ਹਾਦਸੇ 'ਚ 7 ਨੌਜਵਾਨਾਂ ਦੀ ਮੌਤ ਹੋ ਗਈ 26 ਜਵਾਨਾਂ ਦੀ ਟੀਮ ਪ੍ਰਤਾਪਪੁਰ ਦੇ ਟ੍ਰਾਂਜਿਕ ਕੈਂਪ ਤੋਂ ਸਬ ਸੈਕਟਰ ਹਨੀਫ ਦੇ ਅੱਗੇ ਵਾਲੇ ਖੇਤਰ ਵੱਲ ਜਾ ਰਹੀ ਸੀ 9 ਵਜੇ ਥੋ ਇਸ ਤੋਂ ਤਕਰੀਬ 25 ਕਿਲੋਮੀਟਰ ਦੂਰ ਗੱਡੀ ਸੜਕ ਤੋਂ ਫਿਸਲ ਕੇ ਸ਼ੂਕਨ ਨਦੀ ਵਿੱਚ ਜਾ ਡਿੱਗੀ ਡੀਸੀ ਫਿਰੋਜ਼ਪੁਰ ਨੇ ਕੀਤੀ ਹਸਪਤਾਲ ਦੀ ਚੈਕਿੰਗ ਮਰੀਜ਼ਾਂ ਦੀਆਂ ਸੁਣੀਆਂ ਤਕਲੀਫਾਂ ਤੋਂ ਸਿਹਤ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਬੇਲਗਾਮ ਹੋਂਦ ਦੀ ਕਗਾਰ ਤੇ ਖੜੇ ਸਿਹਤ ਵਿਭਾਗ ਦੇ ਨਿਗਰਾਨੀਕਰਨ ਪੁਜੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਿਵਲ ਹਸਪਤਾਲ ਫਿਰੋਜ਼ਪੁਰ ਪੁਜੇ ਮੈਡਮ ਡਿਪਟੀ ਕਮਿਸ਼ਨਰ ਕ੍ਰੋਜ਼ਪੋਰ ਨੇ ਹਸਪਤਾਲ ਦੀਆਂ ਕਮੀਆਂ ਦੀ ਸਮੀਖਿਆ ਕੀਤੀ ਉੱਥੇ ਹੀ ਮਰੀਜ਼ਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਮੀਆਂ ਦੇ ਗੂੜੀਆਂ ਚ ਲਾਉਣ ਵਾਲੇ ਦੇ ਨੇੜੇ ਪੁਜੀ ਫੁੱਲਸ ਜਲਦੀ ਹੋਵੇਗੀ ਗ੍ਰਿਫਤਾਰੀ ਸੋ ਵੱਡੀ ਖਬਰ ਆ ਦੋਸਤੋ ਜਾਣਨ ਦੇ ਲਈ ਚੈਨਲ ਦੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਸਿੱਖਿਆ ਚੋਂ ਨੰਬਰ 1 ਤੇ ਪੰਜਾਬ ਦਾ ਸਕੂਲ ਖੈਰਾ ਨੇ ਕਿਹਾ ਹੁਣ ਕੇਜਰੀਵਾਲ ਕਰਨ ਪੰਜਾਬ ਮਾਡਲ ਦਾ ਪਰ